ਹਿੰਦੀ ਦਾ ਲੇਖਕ ਭਾਸ਼ਾ ਭਾਗ ਦੇ ਦਫ਼ਤਰ ਦੇ ਵਿੱਚ ਆ ਕੇ ਪੰਜਾਬੀ ਨੂੰ ਬੁਰਾ ਭਲਾ ਕਹਿ ਰਿਹਾ, ਹਿੰਦੀ ਨੂੰ ਥੋਪਣ ਦੀ ਗੱਲ ਕਰ ਰਿਹਾ। ਦੁੱਖ ਦੀ ਗੱਲ ਇਹ ਹੈ ਕਿ ਤੁਹਾਡੇ ਵੱਲੋਂ ਇੱਕ ਸਿੰਗਲ ਬਿਆਨ ਨਹੀਂ, ਪੰਜਾਬੀ ਦੇ ਲੇਖਕ ਉਹਨੂੰ ਰੋਕ ਰਹੇ ਆ। ਹੁਣ ਜੇ ਤੁਹਾਡੇ ਵਰਗੇ ਲੇਖਕ ਨਹੀਂ ਬੋਲਣਗੇ, ਸਾਡੇ ਵਰਗੇ ਥੱਲੇ ਰੋਹ ਪਈ ਜਾਂਦੇ। ਮੈਂ ਤੁਹਾਨੂੰ 5,000 ਮਿਲਿਆ ਜੀ ਇਸੇ ਮਸਲੇ। ਅਮਿਤ ਸ਼ਾਹ ਦਾ ਬਿਆਨ ਆਉਂਦਾ ਜੀ ਹਿੰਦੀ ਥੋਪਣ ਬਾਰੇ, ਪੂਰੇ ਦੱਖਣ 'ਚ ਵਿਰੋਧ ਹੁੰਦਾ, ਪੰਜਾਬ 'ਚੋਂ ਇੱਕ ਅੱਧੇ ਲੇਖਕ ਨੂੰ ਛੱਡ ਕੇ ਕਿਸੇ ਦਾ ਬਿਆਨ ਜਾਂ ਮੈਂ ਐਸਾ ਦੇਸ਼ ਵੀ ਸੁਣਿਆ ਜਿੱਥੇ ਮਾਂ ਬੋਲੀ ਬੋਲਣ ਦੇ ਜੁਰਮਾਨੇ ਹੁੰਦੇ ਨੇ। ਜਨਾਬ ਤੁਸੀਂ ਹੁਣ ਇੱਕ ਅਹੁਦੇ 'ਤੇ ਬੈਠੇ ਹਾਂ, ਸਾਡੇ ਸਕੂਲਾਂ 'ਚ ਜੁਰਮਾਨੇ ਹੋ ਰਹੇ ਆ, ਪੰਜਾਬ ਦੀ ਟੁੱਟੀ ਪੁੱਛੀ ਜਾ ਰਹੀ ਹੈ ਪੰਜਾਬੀ ਮਾਂ ਬੋਲੀ ਸਿਖਾਉਣਾ। ਤੁਸੀਂ ਚੌਥੀ ਪੰਜਵੀਂ ਵਾਰੀ ਮੈਂ ਤੁਹਾਨੂੰ ਮਿਲਣ ਆਇਆ ਬੈਠੇ ਨੇ, ਹੈ ਨਾ। ਆਪਾਂ 8-10 ਬੰਦੇ ਸਭਾਵਾਂ ਦੇ ਜਿਹੜੇ ਪ੍ਰਧਾਨ ਨੇ ਇਕੱਠੇ, ਤੁਸੀਂ ਆ ਜਾਓ, ਹੋਰ ਜੋ ਆਪਾਂ ਇੱਕ ਉੱਥੇ ਚੰਡੀਗੜ੍ਹ ਬੈਠਦੇ ਹਾਂ। ਜ਼ਰੂਰੀ ਆ ਜੀ, ਕਰੋ ਜੀ, ਹੁਣ ਆਪਾਂ ਇਸ ਅਹੁਦੇ 'ਤੇ ਪਹੁੰਚ ਕੇ ਨਹੀਂ ਕੁਛ ਕਰਾਂਗੇ, ਫੈਸਲਾ ਕਰਕੇ ਨਿਕਲ ਜਾਏ। ਸਰਕਾਰੀ ਸਕੂਲਾਂ ਦੇ ਵਿੱਚ ਵੀ ਹੈ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ, ਉਹ ਪੰਜਾਬੀ ਤਾਂ ਬੋਲਣ ਨਹੀਂ ਦਿੰਦੇ। ਸਰਕਾਰੀ ਸਕੂਲਾਂ 'ਚ ਵੀ ਪੰਜਾਬੀ ਇੰਗਲਿਸ਼ ਅੰਗਰੇਜ਼ੀ, ਜਿਹੜੇ ਅਸਲੀ ਰੋਗ ਕੀ ਆ ਕਿ ਜਿਹੜੇ ਇੱਥੋਂ ਤੱਕ ਦੇ ਮਾਪੇ ਆ ਉਹ ਜ਼ਿੱਦ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਪਿੱਛੇ ਰੱਖ ਕੇ ਸਾਡੇ ਬੱਚੇ ਅੰਗਰੇਜ਼ੀ ਮਾਪਿਆਂ ਨੂੰ ਗੁਮਰਾਹ ਕਰਦੇ ਆ ਜੀ। ਮਟਕਾ ਚੌਂਕ ਦੇ ਬੈਠਦੇ ਸੀ ਰਾਈਟਰ, ਕੋਈ ਪੀਰੀਅਡ ਨਹੀਂ ਮਿਲਿਆ। ਅੱਛਾ, ਫਿਰ ਜਿਹੜੀ ਸੀ ਕਿ ਚਿੱਠੀ ਸਫੇਦ ਟ੍ਰਿਬਿਊਨ 'ਤੇ ਫਿਰ ਤਾਂ ਕਿ ਸਾਡੇ ਬੱਚਿਆਂ ਨੂੰ ਪੜ੍ਹ ਰੱਖਣਾ ਚਾਹੁੰਦੇ ਹਾਂ। ਹੁਣ ਜਿਹੜੇ ਕੇਸ਼ਵ ਕੁਮਾਰ ਉਹਨਾਂ ਗੱਲਬਾਤ, ਉਹ ਕਹਿੰਦਾ ਵੀ ਸਾਡੇ ਬੱਚਿਆਂ 'ਚ ਇੰਨੀ ਇਨਫੀਰੀਓਰਿਟੀ ਕੰਪਲੈਕਸ ਆ ਗਿਆ ਅਤੇ ਮੇਰੀ ਇੱਛਾ ਔਰ ਸਕੂਲ ਸਾਡੇ ਹੌਲੀ ਹੌਲੀ ਬੰਦ ਹੋ ਰਹੇ ਆ ਕਿ ਜਿਹੜੇ ਮਾਪੇ ਲੋਕ ਮੈਂ ਤੁਸੀਂ ਸਰਕਾਰ ਦੇ ਕੋਲੇ ਗੱਲ ਉਠਾ ਸਕਦੇ ਆ, ਤੁਹਾਡੇ ਕੋਲੇ ਹੁਣ ਪਾਵਰ ਔਰ ਤਾਕਤ ਹੈਗੀ ਆ, ਇੱਦਾਂ ਹੀ ਗੱਲ ਕਹਿ ਰਹੇ ਪਾਵਰ ਦੀ ਗੱਲ ਹੀ ਨਹੀਂ ਆ, ਇਸੀ ਗੱਲ ਹੈ ਕਿ ਜਿੰਨਾ ਪ੍ਰੈਸ਼ਰ ਪਊਗਾ ਆਪਣਾ, ਹੈ ਨਾ, ਮੇਰੀ ਇਕੱਲੇ ਦੀ ਪਾਵਰ ਨਹੀਂ। ਤੁਸੀਂ ਇੱਕ ਵਾਰੀ ਜਿੰਨੇ ਲੇਖਕ ਹੈਗੇ ਆ ਜੀ ਸਾਰੀਆਂ ਸਭਾਵਾਂ ਨੂੰ ਇਕੱਠੀਆਂ ਕਰਕੇ ਮੁੱਖ ਮੰਤਰੀ ਨੂੰ ਮਿਲੋ, ਮੈਂ ਇਹ ਕਹਿੰਦਾ ਵੀ ਆਪਾਂ ਇੱਦਾਂ ਵੀ ਆਹ ਹਾਲਾਤ ਬਣੇ ਖੜੇ ਆ ਇਕੱਠੀ ਹੋ ਗਏ ਅਕੈਡਮੀਆਂ ਵਗੈਰਾ ਦੇਖੋ ਜੀ, ਕਿਹੜਾ ਮਤਲਬ ਪੰਜਾਬ ਦੇ ਵਿੱਚੋਂ ਬਾਹਰ ਕੱਢਦੀ ਪਿੱਛੇ ਪੰਜਾਬੀ ਯੂਨੀਵਰਸਿਟੀ ਦਾ IAS ਅਕੈਡਮੀ ਟੌਪ ਨੰਬਰ ਟੌਪ ਦੀ ਸੀ, ਉਹਨਾਂ ਦਾ ਯੂਨੀਵਰਸਿਟੀ ਦੀ ਸਾਈਟ ਖੋਲੋ, ਉਹ IELTS ਦੀ ਟ੍ਰੇਨਿੰਗ ਦੇ ਰਹੇ ਆ, IAS ਦੀ ਟ੍ਰੇਨਿੰਗ IAS ਸਾਰੇ ਹੋਣ ਜਿੰਨੇ, ਕਿਉਂਕਿ ਉੱਥੇ ਹਿੰਦੀ ਮਾਝ ਨਾ ਕਰਨਾ ਉਹਨਾਂ ਹਿੰਦੀ ਕਰ ਲਿਆ ਇੱਕ ਹਿੰਦੀ ਦਾ ਲੇਖਕ ਭਾਸ਼ਾ ਭਾਗ ਦੇ ਦਫ਼ਤਰ ਦੇ ਵਿੱਚ ਆ ਕੇ ਪੰਜਾਬੀ ਨੂੰ ਬੁਰਾ ਭਲਾ ਕਹਿ ਰਿਹਾ, ਹਿੰਦੀ ਨੂੰ ਥੋਪਣ ਦੀ ਗੱਲ ਕਰ ਰਿਹਾ, ਦੁੱਖ ਦੀ ਗੱਲ ਇਹ ਹੈ ਕਿ ਤੁਹਾਡੇ ਵੱਲੋਂ ਇੱਕ ਸਿੰਗਲ ਬਿਆਨ ਨਹੀਂ। ਅਸੀਂ ਸਾਡੇ ਤੋਂ ਨਹੀਂ ਬਿਆਨ ਤੋਂ ਬਿਆਨ ਸੁਣਨ ਨੂੰ ਤਾਂ ਤੁਸੀਂ ਤਾਂ ਇਕੱਠੇ ਹੋ ਜਾਓ ਨਾ।
ਉੱਥੇ ਤੇਜ ਮਹੰਤ ਮਾਨ ਬੋਲ ਰਿਹਾ ਹੈ ਨਾ, ਆਪਣੇ ਪੰਜਾਬੀ ਦੇ ਲੇਖਕ ਉਹਨੂੰ ਰੋਕ ਰਹੇ ਆ। ਮਾਈਕ ਬੰਦ ਕਰ ਦਿੱਤਾ ਗਿਆ ਹੈ ਤਾਂ ਉਹ ਵੀ ਪੰਜਾਬੀ ਵਾਲੀ ਹੈ। ਪੰਜਾਬੀ ਦੀ ਬਹੁਤ ਸੇਵਾ ਕੀਤੀ, ਬਹੁਤ ਲਿਖਿਆ, ਬਹੁਤ ਸਾਹਿਤ ਲਿਖਿਆ, ਪਰ ਹੁਣ ਤੁਹਾਡੀ ਲੋੜ ਆ। ਹੁਣ ਜੇ ਤੁਹਾਡੇ ਵਰਗੇ ਲੇਖਕ ਨਹੀਂ ਬੋਲਣਗੇ, ਸਾਡੇ ਵਰਗੇ ਥੱਲੇ ਰੋਣਾ ਪਈ ਜਾਂਦੇ, ਇਕੱਲ ਗੱਲ ਨਹੀਂ ਬਣਦੀ। ਮੈਂ ਤਾਂ ਹਰ ਜਗ੍ਹਾ ਬੋਲਦਾ ਹਾਂ, ਮੇਰੇ ਸਾਰੇ ਹਰ ਹਫ਼ਤੇ ਮੈਂ ਕਰ ਦਿੱਤਾ ਜੀ। ਆਪਾਂ ਹੁਣ ਇੱਥੇ ਕਰ ਲਿਆ ਪ੍ਰੋਗਰਾਮ ਹੈ ਨਾ, ਅਜੇ ਸੈਮੀਨਾਰ ਕਰ ਲਿਆ, 10 ਲੇਖ ਬੋਲ ਕੇ ਤੁਰ ਕੇ 100-15 ਸਕੂਲਾਂ 'ਚ ਗਰਾਊਂਡ 'ਚ ਲੋਕਾਂ ਤੱਕ ਲੈ ਕੇ ਜਾਣੇ ਆ। ਇਹ ਤੂੰ ਆ ਉੱਥੇ ਦੱਸ ਵੀ, ਮੈਂ ਆਉਂਗਾ ਜੀ, ਮੈਂ ਆਉਂਗਾ। ਤੁਸੀਂ ਸਰਕਾਰ ਨਾਲ ਟਾਈਮ ਰੱਖੋ, ਸਰਕਾਰ ਦਾ ਟਾਈਮ ਰੱਖਦੇ, ਪਹਿਲਾਂ ਆਪਾਂ ਮਿਲ ਗਿਆ, ਆਪਾਂ ਮਿਲ ਲੈਂਦੇ, ਇੱਕ ਤੁਸੀਂ ਬਣਾਓ। ਮੈਂ ਤੁਹਾਨੂੰ 5,000 ਮਿਲਿਆ ਜੀ ਇਸੇ ਮਸਲੇ ਦੇ, ਮੈਂ ਜਾਣੀ ਹੋਰ ਮੇਰੀ ਮਤਲਬ ਯਤਨ ਕਰਕੇ ਗੱਲ ਦੇ ਮਸਲੇ ਨੂੰ ਸਮਝਣ ਦੀ ਔਰ ਉਹਨੂੰ ਅੱਗੇ ਤੋਰਨ ਦੀ, ਕਿਵੇਂ ਅੱਗੇ ਤੋਰਨਾ। ਔਰ ਸਰਕਾਰ ਤੇ ਜਦ ਤੱਕ ਪ੍ਰੈਸ਼ਰ ਨਹੀਂ ਹੋਊਗਾ ਲੋਕਾਂ ਦਾ, ਤਦ ਤੱਕ ਸਰਕਾਰ ਮੇਰੇ ਕਿਆ ਨਹੀਂ। ਤੁਸੀਂ ਇੱਕ ਵਾਰੀ ਦੇ ਮੁੱਖ ਮੰਤਰੀ ਦੇ ਕੰਨਾਂ 'ਚ ਕੱਢ ਦਿਓ ਗੱਲ ਵੀ ਸਾਡੇ ਸਕੂਲਾਂ 'ਚ ਆ ਕੁਛ ਹੋਈ ਜਾਂਦਾ। ਉਹ ਬਹੁਤ ਵਾਰੀ ਮਿਲੇ ਵੀ ਆ ਤੁਸੀਂ ਪੱਤਰ ਸਾਹਿਬ, ਮੈਨੂੰ ਤੁਹਾਡੇ ਮੈਂ ਦਫ਼ਤਰ ਮਿਲਿਆ ਸੀ ਨਾ, ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਕੁਛ ਦਿਨਾਂ ਦੇ ਵਿੱਚ ਮੇਰੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ, ਪਰ ਉਦੋਂ ਬਾਅਦ ਨਾ ਕੋਈ ਤੁਸੀਂ ਮੈਨੂੰ ਦੱਸਿਆ, ਨਾ ਕੋਈ ਗੱਲਬਾਤ ਹੋਈ, ਨਾ ਕੋਈ ਮੀਟਿੰਗ ਹੋਈ। ਮੈਂ ਤੁਹਾਨੂੰ ਕਿਹਾ ਹੀ ਨਹੀਂ ਕਿ ਮੇਰੀ ਮੀਟਿੰਗ, ਜਦੋਂ ਆਪਾਂ ਚੰਡੀਗੜ੍ਹ ਮਿਲੇ ਸੀ ਨਾ, ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਉਹਦੇ ਨਾਲ ਆਪਾਂ ਮਿਲੇ, ਜਿਹੜੇ ਕਿ ਦੁਆਰੇ ਮੈਂ ਦਫ਼ਤਰ ਗਿਆ ਤੁਹਾਨੂੰ ਮਿਲ ਕੇ ਆਇਆ। ਮੈਂ ਤੈਨੂੰ ਹੁਣ ਵੀ ਇਹ ਕਹਿਣਾ ਵੀ ਬੈਠੋ, ਇੱਦਾਂ ਇਕੱਲੇ ਸਿਰਫ ਇਸ ਗੱਲ ਦਾ ਫਰਕ ਹੀ ਮਿਲਦਾ ਕਿ ਤੁਸੀਂ ਜੋਸ਼ ਜਾ ਕੇ ਕਿਤੇ ਕਹਿ ਦਿਓ ਕਿ ਇੱਦਾਂ। ਨਹੀਂ ਨਹੀਂ, ਅਸੀਂ ਸਾਡਾ ਮਕਸਦ ਸਾਡੀ ਕੋਈ ਬੇਇੱਜ਼ਤੀ ਕਰਨਾ ਨਹੀਂ ਜਾਂ ਤੁਹਾਨੂੰ ਨਿਯਮਾਂ ਦਿਖਾਉਣਾ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਹਾਂ ਆਪਾਂ ਇਕੱਠੇ ਹੋ ਕੇ ਇਸ ਗੱਲ ਲਈ ਯਤਨ ਕਰੀਏ ਕਿ ਬੈਠੋ ਸਾਰੇ। ਹੁਣ ਜਿਹੜੇ ਪ੍ਰਧਾਨ ਨੇ ਕੇਂਦਰੀ ਲੋਕ ਸਭਾ ਦੇ, ਦੂਸਰੇ ਉਹ 'ਚ ਜਿਹੜੇ ਮਾਣ ਵਾਲੀ ਸਭਾ, ਉਹ ਕੋਈ ਵੀ ਪੰਜ ਜਿਹੜੇ ਬੰਦੇ ਇਕੱਠੇ ਹੋਣ, ਸਟੋਮਕ ਇਕੱਠੀਆਂ ਹੋਣ, ਅਤੇ ਉਹਦੇ 'ਚ ਪਲੈਨ ਬਣੇਗਾ। ਅਮਿਤ ਸ਼ਾਹ ਦਾ ਬਿਆਨ ਆਉਂਦਾ ਜੀ ਹਿੰਦੀ ਥੋਪਣ ਬਾਰੇ, ਪੂਰੇ ਦੱਖਣ 'ਚ ਵਿਰੋਧ ਹੁੰਦਾ, ਪੰਜਾਬ 'ਚੋਂ ਇੱਕ ਅੱਧੇ ਲੇਖਕ ਨੂੰ ਛੱਡ ਕੇ ਕਿਸੇ ਦਾ ਬਿਆਨ ਨਹੀਂ। ਕਰਨਾ ਚਾਹੀਦਾ, ਅਸੀਂ ਕਿਉਂ ਨਹੀਂ ਬੋਲ ਰਹੇ, ਸਾਨੂੰ ਤਾਂ ਮਾਰੀ ਜਾ ਰਹੇ ਨੇ। ਬੋਲ ਨਹੀਂ, ਉਹ ਤਾਂ ਮਤਲਬ ਪੰਜਾਬ ਨੇ ਕਿਹੜਾ ਬੋਲਣ ਦੇਣਾ, ਮਤਲਬ ਪੰਜਾਬ ਦੀ ਜਿਹੜੀ ਇਹ ਥੋੜੀ ਸਪਿਰਿਟ ਹੈ ਕਿ ਪੰਜਾਬ ਇਸ ਗੱਲ ਉਹਦੇ ਸਹਿ ਦੇਗਾ। ਚਲੋ ਜੀ, ਅਸੀਂ ਤੁਹਾਡੇ ਕੋਲ ਚੰਡੀਗੜ੍ਹ ਬਣਾਉਂਦੇ ਹਾਂ, ਸਾਰੀਆਂ ਸਭਾਵਾਂ ਨੂੰ ਇਕੱਠੀਆਂ ਕਰੋ, ਇੱਕ ਵਾਰੀ ਮੁੱਖ ਮੰਤਰੀ ਧਿਆਨ 'ਚ ਲਿਆਓ, ਕਿਉਂਕਿ ਅਸੀਂ ਸਕੂਲਾਂ ਜਾਂਦੇ ਹਾਂ, ਸਾਨੂੰ ਪਤਾ ਜਵਾਕ ਪਾਤਰ ਸਾਹਿਬ ਡਰਦੇ ਨਹੀਂ ਬੋਲਦੇ, ਮਾਂ ਬਾਪ ਡਰਦੇ ਨਹੀਂ ਬੋਲਦੇ ਵੀ ਸਾਡੇ ਜਵਾਕ ਦਾ ਨਾਂ ਕੱਟ ਦੇਣਗੇ, ਅਸੀਂ ਕੀ ਲੈਣਾ। ਜਵਾਕ ਕਹਿੰਦੇ ਅੰਦਰੋਂ ਅੰਦਰ ਸਾਨੂੰ ਆ ਕੇ ਵੀ ਸਾਨੂੰ ਬੋਲਣ ਨਹੀਂ ਦਿੰਦੇ, ਆਹ ਮੈਡਮ ਨਹੀਂ ਬੋਲਣ ਦਿੰਦੀ, ਆਹ ਨਹੀਂ ਬੋਲਣ ਦਿੰਦੀ, ਸਾਨੂੰ ਜੇ ਬੋਲਦੇ ਹੈ ਕੁੱਟਮਾਰ ਵੀ ਕਰਦੇ ਆ, ਜੁਰਮਾਨਾ ਵੀ ਲਾਉਂਦੇ। ਮੈਡਮਾਂ ਦੇ ਉੱਪਰੋਂ ਪ੍ਰੈਸ਼ਰ ਹੈ ਉਹ ਸਾਰਾ ਉਹ ਚੱਲ ਰਿਹਾ ਜਿਹੜਾ ਹਿੰਦੀ ਕਰਨ ਵਾਲਾ ਸਿਸਟਮ। ਠੀਕ ਹੈ ਜੀ, ਆਪਾਂ ਅਸੀਂ ਆਪ ਬਣਾ ਲੈਣਾ, ਤੁਸੀਂ ਸੋਮਵਾਰ ਹੋਵੋਗੇ ਤਖ਼ਤ ਚੰਡੀਗੜ੍ਹ ਨਹੀਂ, ਪਰਸੋਂ ਸਾਰੇ ਸਾਰੀਆਂ ਸਭਾਵਾਂ ਨੂੰ ਹੱਥ ਲਿਖੀਏ, ਤੁਸੀਂ ਆਓ। ਤੁਹਾਡਾ ਨੰਬਰ ਮੇਰੇ ਕੋਲ ਹੈਗਾ ਜੀ, ਮੈਂ ਤੁਹਾਨੂੰ ਫੋਨ ਕਰ ਦੂੰਗਾ। ਹਾਂ ਹੈਗਾ, ਇਹ ਤਾਂ ਪੂਰਾ ਪੰਜਾਬ ਬੜਾ ਕੁਛ ਚੱਲਿਆ। ਸਕੂਲਾਂ ਵਿੱਚ ਪੰਜਾਬੀ ਬੋਲਣ ਦਾ ਫੈਨ ਹੋ ਰਿਹਾ, ਜਿਉਂਦਾ ਕਿਵੇਂ ਰੱਖਣਾ? ਜੇ ਬੋਲਾਂਗੇ ਤਾਂ ਮਰਾਂਗੇ, ਬੋਲਣਾ ਤਾਂ ਪੈਣਾ ਹੀ ਹੈ। ਬਾਕੀ ਦੇਖੋ ਜੀ, ਆਪਣੇ ਤੋਂ ਮੈਂ ਬਾਣੀ ਬਣ ਕੇ ਹੁਣ ਜਿੰਨੇ ਵੀ ਪ੍ਰੋਫੈਸਰ ਆ ਜਾਂ ਕੁਛ ਵੀ ਹੈ, ਉਹਨੇ ਸਾਰੇ ਬੱਚੇ ਪਾਉਣ ਸਕੂਲ 'ਚ ਪੜ੍ਹਦੇ,
ਪੜ੍ਹੀ ਕਿਤੇ ਜਾਣ ਜੀ, ਅੰਗਰੇਜ਼ੀ ਪੜ੍ਹਨ, ਹਿੰਦੀ ਪੜ੍ਹਨ, ਉਰਦੂ ਪੜ੍ਹਨ, ਅਸੀਂ ਅੰਗਰੇਜ਼ੀ ਮਾੜੀ ਨਹੀਂ ਹੈ। ਜਦੋਂ ਪਹਿਲੀ ਉਹ ਮੈਡਮ ਕਹਿੰਦੇ ਵੀ ਇੱਥੇ ਕੋਈ ਕਿਸੇ ਸਰ ਦੇ ਕੋਈ ਦੇ ਮਾਪੇ ਦਾ ਬੱਚਾ ਨਹੀਂ ਪੜ੍ਹਦਾ, ਭਈਆਂ ਦੇ ਬੱਚੇ ਪੜ੍ਹਦੇ ਆ ਜਾਂ ਕੋਈ ਕਿ ਸਾਡਾ ਸਕੂਲ ਖਾਲੀ ਹੋ ਸਰਕਾਰੀ ਸਕੂਲਾਂ ਦੇ। ਅੱਛਾ, ਫਿਰ ਉਹਨਾਂ ਨੇ ਕੱਢੀ ਪਈ, ਅਸੀਂ ਚਲੋ ਪਹਿਲੀ ਤੋਂ ਅੰਗਰੇਜ਼ੀ ਕੱਢੀਏ ਅਤੇ ਪੰਜਾਬੀ ਵੀ ਕਰੀਏ। ਸਰ ਮੈਂ ਬੰਗਾਲ 'ਚ ਵੀ ਮੈਂ ਬੰਗਾਲੀ ਜਿਹੜੇ ਨੇ ਆਪਣੀ ਲੈਂਗੁਏਜ ਪਿਆਰ ਕਰਦੇ ਆ। ਸਰਕਾਰੀ ਸਕੂਲ 'ਚ ਟੀਚਰ ਹੈ ਜੀ, ਸਾਡੇ ਕੋਲ ਰੋਜ਼ ਸਵੇਰੇ 2 ਲਫ਼ਜ਼ ਆਉਂਦੇ ਆ ਜੀ, ਇੱਕ ਇੰਗਲਿਸ਼ ਦਾ, ਇੱਕ ਪੰਜਾਬੀ ਦਾ ਵਰਡ, ਉਹਦੀ ਸਾਰੀ ਡਿਟੇਲ ਉਹ ਸਾਰੀ ਸਾਨੂੰ ਸਵੇਰੇ ਪ੍ਰੇਅਰ ਦੇ ਵਿੱਚ ਆ ਕੇ ਸੁਣਾਉਣੀ ਪੈਂਦੀ ਬੱਚਿਆਂ ਨੂੰ, ਪਹਿਲਾਂ ਇੰਗਲਿਸ਼ ਦਾ, ਫਿਰ ਇੰਗਲਿਸ਼ ਦੇ ਵਰਡ, ਫਿਰ ਪੰਜਾਬੀ। ਪੰਜਾਬੀ ਦੇ ਵਰਡ ਉਹ ਇਹੋ ਜਿਹੇ ਚੁਣਦੇ ਆ ਜਿਹੜੇ ਗੋਪੀਆ, ਖਲੋਟਾ, ਇੱਦਾਂ ਦੇ ਮਤਲਬ ਜਿਹੜੇ ਮਤਲਬ ਅਲੋਪ ਹੋ ਚੁੱਕੇ ਜਾਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਲਈ ਉਹ ਹਮਲਾ ਹਮੇਲ, ਹਮਲਾ ਨਹੀਂ ਜੀ, ਹਮਲਾ ਜੀ ਕਹਿਣਾ ਹੁੰਦਾ, ਹਮੇਲ 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 ਸੋਰੀ ਸੋਰੀ ਹਮੇਲ ਹਮੇਲ। ਹਾਂਜੀ, ਉਹ ਮਤਲਬ ਇੱਦਾਂ ਦੇ ਵਰਡ ਆ ਰਹੇ ਆ ਇੱਕ ਤਰ੍ਹਾਂ ਨਾਲ, ਪਰ ਜ਼ਿਆਦਾ ਜ਼ੋਰ ਜਿਹੜਾ ਹੈਗਾ ਐਕਚੁਅਲੀ ਪੰਜਾਬੀ ਨੂੰ ਸਿਰ ਪਿੱਛੇ ਰੱਖਿਆ ਆ, ਸਿਰ ਇੱਕ ਆਪਦੇ ਆਪ ਨੂੰ ਉਹਨੂੰ ਅਸਕੇ ਉਹ ਬਚਾਉਣ ਲਈ, ਨਹੀਂ ਤਾਂ ਮੇਨ ਮੁੱਦਾ ਕੀ ਆ ਇੰਗਲਿਸ਼ ਦੇ ਇੰਗਲਿਸ਼ ਕੋਲ। ਅਕਤੂਬਰ ਦੇ ਪਹਿਲਾਂ ਤੁਸੀਂ ਬਾਕੀ ਸਭਾਵਾਂ ਨੂੰ ਬੁਲਾ ਲਉਂਗੇ? ਮੈਂ ਸਾਰਿਆਂ ਜਿਹੜੇ ਕੇਂਦਰੀ ਵਾਲਿਆਂ ਨੂੰ, ਉਹਨਾਂ ਨੂੰ ਹੈ ਨਾ, ਕਾਰਪੋਰੇਟ ਪ੍ਰਧਾਨ ਅਤੇ ਸਕੱਤਰ ਉਹ ਹਾਜ਼ਰ ਹੋਣ ਅਤੇ ਉੱਥੇ ਬੈਠ ਜਾਓ, ਕੋਈ ਹੋਰ ਤੁਹਾਨੂੰ ਪਤਵੰਤੇ ਬੰਦੇ ਲੱਗਦੇ ਹੋਣ ਜਿਹੜੇ ਪੰਜਾਬੀ ਵਿੱਚ ਬੋਲਦੇ ਆ ਕਰਦੇ ਆ, ਜਿੱਦਾਂ ਮਤਲਬ 20-25 ਬੰਦੇ ਬੈਠਣ, ਇੱਕ ਬਿਆਨ ਬਣੇ, ਇੱਕ ਸਟੇਟਮੈਂਟ ਸਾਂਝੀ ਸਾਰਾ ਲੋਕ ਇੱਦਾਂ ਇਹ ਹੋਣਾ ਚਾਹੀਦਾ, ਉਹ ਇੱਕ ਆਪਾਂ ਸ਼ੁਰੂ ਕਰ ਸਕਦੇ ਹਾਂ ਵੀ ਉਹਨੂੰ ਆਪਾਂ ਇੱਕ ਸਾਂਝੀ ਵੋਇਸ ਹੋਵੇ। ਆਪਾਂ ਇਕੱਲੇ ਇਕੱਲੇ ਤੁਸੀਂ ਕਹਿ ਦਿਓ, ਮੈਂ ਕਹਿ ਦਿਆਂ, ਉਹਨਾਂ ਨੇ ਇਕੱਲੇ ਨਹੀਂ, ਜੋ ਵੀ ਆਪਾਂ ਮਹਿਸੂਸ ਕਰਦੇ ਇੱਕ ਰੋਡ ਮੈਪ ਹੋਵੇ, ਤੁਸੀਂ ਆਹ ਸਟੈਪ ਨੇ ਸਾਡੇ 1-2-3-4 ਅਤੇ ਆਹ ਅਸੀਂ ਕਰਾਂਗੇ, ਆਹ ਕਰਾਉਣਾ ਚਾਹੁੰਦੇ। ਠੀਕ ਹੈ ਪਾਤਰ ਸਾਹਿਬ, ਰਸ ਮੈਂ ਕਿ ਤੁਸੀਂ ਬਿਆਨ ਦੇ ਦੋ ਦੇ ਪਹਿਲੇ ਹਫਤੇ ਆਪਾਂ ਇਸ ਨੂੰ ਮੈਂ ਫੋਨ ਕਰੂੰਗਾ ਤੇ ਆਪਾਂ ਸਾਰੇ ਤੁਸੀਂ ਇਕੱਠੇ ਕਰ ਲਓ ਜਿੰਨੀਆਂ ਸਭਾਵਾਂ ਨੇ ਪੰਜਾਬੀ ਵਾਲੀਆਂ ਬਣੀਆਂ ਹੋਈਆਂ। ਹਾਂ ਹਾਂ ਹਾਂ, ਉਹ ਕਰ ਲਓ, ਇਹ ਬਹੁਤ ਜ਼ਰੂਰੀ ਹੈ ਜੀ। ਠੀਕ ਹੈ, ਸ਼ੁਕਰੀਆ, ਚੰਗਾ ਜੀ, ਸਤਿ ਸ਼੍ਰੀ ਅਕਾਲ।